ਸਰਕਾਰੀ ਤੇ ਹੋਏ ਕਾਤਲਾਨਾ ਹਮਲੇ ਦੇ ਚਲਦੇ ਲੁਧਿਆਣਾ ਦੇ ਪਟਵਾਰੀਆਂ ਅਤੇ ਕਾਂਗੂ ਨੇ ਹੜਤਾਲ ਕਰ ਦਿੱਤੀ ਹੈ। ਉੱਥੇ ਹੀ ਗੁਰਮੇਲ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਜੇਕਰ ਪੁਲਿਸ ਨੇ 24 ਘੰਟਿਆਂ ਦੇ ਅੰਦਰ ਹਲਕਾ ਤਰੀਕੇ ਦੇ ਪਟਵਾਰੀ ਦੀਪਕ ਸਿੰਗਲਾ ਦੇ ਉੱਪਰ ਜੋ ਕਾਤਲਾਨਾ ਹਮਲਾ ਹੋਇਆ ਹੈ ਉਸਦੇ ਦੋਸ਼ੀਆਂ ਨੂੰ ਜੇਕਰ ਨਾ ਫੜਿਆ ਤਾਂ ਤਰੀਕ 16 ਸਤੰਬਰ ਨੂੰ ਜ਼ਿਲ੍ਹੇ ਦੇ ਸਾਰੇ ਪਟਵਾਰੀ ਅਤੇ ਕਾਂਗੂ ਹੜਤਾਲ ਤੇ ਚਲੇ ਜਾਣਗੇ। ਜੇਕਰ ਪੁਲਿਸ ਨੇ ਇਸਦੇ ਉੱਪਰ ਢਿੱਲਾ ਰਵੱਈਆ ਅਪਣਾਇਆ ਤਾਂ ਸਾਰੇ ਪੰਜਾਬ ਵਿੱਚ ਹੜਤਾਲ ਕੀਤੀ ਜਾਵੇਗੀ। ਜੋ ਤਰੀਕੇ ਦੇ ਸਾਡੇ ਦੀਪਕ ਕੁਮਾਰ ਸਿੰਗਲਾ ਜੀ ਜੋ ਪਟਵਾਰੀ ਸਾਹਿਬ ਸਨ ਉਹਨਾਂ 'ਤੇ 4 ਅਣਪਛਾਤੇ ਵਿਅਕਤੀਆਂ ਨੇ ਉਹਨਾਂ ਦੇ ਦਫ਼ਤਰ ਦੇ ਵਿੱਚ ਜਾ ਕੇ ਹਮਲਾ ਕੀਤਾ ਜਾਨਲੇਵਾ। ਜਦੋਂ ਕਿ ਉਹ ਪਟਵਾਰੀ ਨੂੰ ਅਜੇ ਸਿਰ ਲੱਗੇ ਨੂੰ ਵੀ ਇੱਕ ਦਿਨ ਹੋਇਆ ਸੀਗਾ ਅਤੇ ਉਹ ਮਤਲਬ ਕੁਦਰਤ ਦਾ ਹੀ ਸਾਥ ਉਹਨੂੰ ਮਿਲਿਆ ਵੀ ਉਹਨਾਂ ਨੇ ਬੰਦਿਆਂ ਨੇ ਮਾਰਨ ਵਾਲੀ ਕੋਈ ਕਸਰ ਨਹੀਂ ਛੱਡੀ ਅਤੇ ਪਰ ਭਾਵੇਂ ਪੁਲਿਸ ਨੇ ਆਪਣੀ ਕਾਰਗੁਜ਼ਾਰੀ ਤੋਂ ਅਸੀਂ ਖੁਸ਼ ਹਾਂ ਅੱਜ ਤੱਕ ਜੋ ਕਰ ਰਹੇ ਨੇ, ਪਰ ਜੇ ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਨੇ ਕੋਈ ਢਿੱਲ ਵਰਤੀ ਤਾਂ ਸਾਡੇ ਅੱਜ ਜ਼ਿਲ੍ਹਾ ਲੁਧਿਆਣੇ ਦੇ ਸਾਰੇ ਕਾਨੂੰਗੋ ਅਤੇ ਪਟਵਾਰੀ ਸਾਹਿਬਾਨ ਰੋਸ ਵਜੋਂ ਉਹ ਅੱਜ ਸਾਰੇ ਹੜਤਾਲ 'ਤੇ ਨੇ। ਪਰ ਜੇਕਰ ਮੁਲਜ਼ਮ ਜਿਹੜੇ ਆ ਉਹ ਨਹੀਂ ਫੜੇ ਜਾਂਦੇ 24 ਘੰਟਿਆਂ 'ਚ ਤਾਂ ਸੋਮਵਾਰ ਤੋਂ 16 ਤਰੀਕ ਤੋਂ ਜ਼ਿਲ੍ਹਾ ਲੁਧਿਆਣੇ ਦੇ ਸਮੁੱਚੇ ਪਟਵਾਰੀ ਅਤੇ ਕਾਨੂੰਗੋ ਜਿਹੜੇ ਆ ਉਹ ਅਣਮਿੱਥੇ ਸਮੇਂ ਲਈ ਸਟ੍ਰਾਈਕ 'ਤੇ ਚਲੇ ਜਾਣਗੇ। ਔਰ ਦੀ ਰੈਵਨਿਊ ਪਟਵਾਰ ਯੂਨੀਅਨ ਪੰਜਾਬ ਦੀ ਵੀ ਮੀਟਿੰਗ ਅਸੀਂ 14 ਤਰੀਕ ਨੂੰ ਇਸੇ ਸਥਾਨ ਦੇ ਉੱਤੇ ਬੱਚਤ ਭਵਨ ਵਿਖੇ ਸੱਦ ਲਈ ਆ। ਅਸੀਂ ਵੀ ਆਪਣਾ ਪੰਜਾਬ ਦਾ ਫੈਸਲਾ ਜੇ ਕੋਈ ਨਹੀਂ ਕਾਰਗੁਜ਼ਾਰੀ 'ਚ ਕੋਈ ਸਾਨੂੰ ਢਿੱਲ ਨਜ਼ਰ ਆਈ ਤਾਂ ਅਸੀਂ ਵੀ ਉਸ ਦਿਨ ਇਸ ਮਾਮਲੇ ਦੇ ਉੱਤੇ ਆਪਣਾ ਜਿਹੜਾ ਕੋਈ ਫੈਸਲਾ ਕਰਾਂਗੇ। ਅੱਜ ਅਸੀਂ ਜਿਹੜਾ ਅੱਜ ਰੋਸ ਧਰਨਾ ਦੇ ਰਹੇ ਹਾਂ ਇੱਥੇ, ਕੱਲ੍ਹ ਸਾਡੇ ਪਟਵਾਰੀ ਦੀਪਕ ਸਿੰਗਲਾ ਜੀ ਜੋ ਕਿ ਤਰੀਕੇ ਪਟਵਾਰ ਸਰਕਲ 'ਚ ਕੰਮ ਕਰ ਰਹੇ ਸੀ ਜੋ ਕਿ ਪੱਛਮੀ 'ਚ ਪੈਂਦਾ, ਉਹਨਾਂ ਨੂੰ ਕੱਲ੍ਹ ਸੁਬਹਾ ਤਕਰੀਬਨ 11 ਕੁ ਵਜੇ ਦੇ ਗੇੜ ਕੋਈ ਅਣਪਛਾਤੇ 2 ਮੋਟਰਸਾਈਕਲਾਂ 'ਤੇ ਸਵਾਰ ਆਏ ਅਤੇ ਉਹਨਾਂ 'ਤੇ ਜਾਨਲੇਵਾ ਹਮਲਾ ਕੀਤਾ ਕਿਰਚਾਂ ਦੇ ਨਾਲ, ਜੋ ਕਿ ਬਹੁਤ ਨਿੰਦਣਯੋਗ ਆ। ਇਹ ਜਿਹੜਾ ਮਸਲਾ ਸੀਗਾ ਇਹਦੇ ਵਿੱਚ ਉਹ ਜਿਹੜਾ ਸਾਡਾ ਸਾਥੀ ਸੀ ਉਹ ਹਲੇ ਉਹਨੇ ਇੱਕ ਦਿਨ ਪਹਿਲਾਂ ਹੀ ਜੁਆਇਨ ਕਰਿਆ ਸੀਗਾ, ਇਹਦੇ ਪਾਸੇ ਕੋਈ ਉਹਦੇ ਬਾਰੇ ਉਹਦੇ ਪਰਿਵਾਰ ਵੱਲੋਂ ਜਾਂ ਉਹਦੇ ਕਿਸੇ ਸਾਥੀ ਵੱਲੋਂ ਜੋ ਉਹਦੇ ਨਾਲ ਰਹੇ ਆ ਕੋਈ ਗੱਲਬਾਤ ਨਹੀਂ ਸੀਗੀ। ਇਹ ਕਿਹੜੀ ਰੰਜਿਸ਼ ਆ, ਇਹ ਸਾਡੀ ਪੁਲਿਸ ਪ੍ਰਸ਼ਾਸਨ ਨਾਲ ਵੀ ਗੱਲ ਹੋਈ ਆ ਵੀ ਉਹ ਵੀ ਕਹਿੰਦੇ ਆ ਵੀ ਸਾਥੀ ਜੀ ਅਸੀਂ ਤੁਹਾਨੂੰ ਪ੍ਰਧਾਨ ਜੀ ਸਾਡੇ ਮੋਹਨ ਸਿੰਘ ਭੇਡਪੁਰਾ ਨੇ ਗੱਲ ਕਰੀ ਆ, ਉਹ ਕਹਿੰਦੇ ਅਸੀਂ ਤੁਹਾਨੂੰ 4 ਘੰਟੇ ਦੇ ਵਿੱਚ ਇਹਦਾ ਜਿਹੜਾ ਮਸਲਾ ਤੁਹਾਨੂੰ ਹੱਲ ਕਰਕੇ ਦਿਖਾਵਾਂਗੇ। ਜਿਹੜੇ ਇਸ ਰੋਸ ਦੇ ਵਿੱਚ ਅੱਜ ਅਸੀਂ ਬੰਦ ਕਰਿਆ ਹੋਇਆ ਵਾ, ਪਰ ਅਸੀਂ ਪ੍ਰਸ਼ਾਸਨ ਨੂੰ ਤੋਂ ਸਾਨੂੰ ਬਹੁਤ ਸਹਿਯੋਗ ਮਿਲ ਲਿਆ, ਪਰ ਪੁਲਿਸ ਪ੍ਰਸ਼ਾਸਨ ਤੋਂ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਵੀ ਅੱਜ ਤੱਕ ਦਾ ਦੋ ਤੁਸੀਂ ਕਾਰਵਾਈ ਕਰੀ ਆ ਉਹ ਸ਼ਲਾਘਾਯੋਗ ਆ, ਪਰ ਸਾਡਾ ਰਿਜ਼ਲਟ ਜੇ ਤੁਹਾਨੂੰ ਸੋਮਵਾਰ ਤੱਕ ਨਾਮ ਰਿਜ਼ਲਟ ਮਿਲਿਆ ਤਾਂ ਸੋਮਵਾਰ ਨੂੰ ਅਸੀਂ ਸਾਰਾ ਹੀ ਜ਼ਿਲ੍ਹਾ ਕਲਮ ਛੋੜ ਹੜਤਾਲ 'ਤੇ ਜਾਵਾਂਗੇ, ਜੋ ਉਹਦੀ ਜ਼ਿੰਮੇਵਾਰੀ ਹੋਊਗੀ ਪ੍ਰਸ਼ਾਸਨ ਦੀ ਹੋਊਗੀ। ਨਿਰਪੱਖ ਪੋਸਟ ਲਈ ਲੁਧਿਆਣਾ ਤੋਂ ਟਿੰਕੂ ਕੁਮਾਰ ਦੀ ਰਿਪੋਰਟ।